अकालिया की सरकार ने बेड़ा गर्क कर दिता वा पंजाब लागे लागे जिन्हे बॉर्डर दे पिंड आ साड़ा दा बेड़ा गर्क कर दिता अकाली सरकार ने। जे लाडी अमृतसर जेल च नहीं मजीठिए दा बंदा ਉਹਨੇ ਸਾਡਾ ਵੀ ਬੇੜਾ ਗੜ ਕੀਤਾ। ਵੇਖੋ 2 ਮਹੀਨੇ ਹੋਏ ਮੈਂ ਹੁਣ ਛੱਡਿਆ ਨਹੀਂ ਤੇ ਮੇਰੀਆਂ ਬਾਹਾਂ ਵੇਖੋ ਹੀਰੋਂ ਦੇ ਟੀਕੇ ਲਾਲਾ ਮੈਂ ਤਾਂ ਮਰ ਜਾਣਾ ਸੀ ਜੇ ਨਾ ਮੇਰੇ ਮਾਂ ਪਿਓ ਬਚਾਉਂਦੇ। ਅਕਾਲੀਆਂ ਨੇ ਥੇ ਕਰਤਾ ਸਾਡੇ ਸਾਰੇ ਪੰਜਾਬ ਦਾ ਮੇਰੀਆਂ ਬਾਹਾਂ ਵੇਖੋ। ਤੇ ਪੁੱਤਰੀ ਬਾਹ ਨੂੰ ਕੀ ਹੋਇਆ ਇਹ ਕਾਹਦਾ ਦਾਗ ਆ? ਇਹ ਹੀਰੋਂ ਦੇ ਚਿੱਟੇ ਦੇ ਟੀਕਿਆਂ ਦਾ ਦਾਗ ਜੀ। ਉੱਤ ਪਿੰਡ ਚੋਂ ਨਹੀਂ ਵਿਕਦੀ ਆ ਕਿ ਨਹੀਂ? ਨਾ ਨਾ ਹੁਣ ਤੇ ਇੱਥੇ ਬੜਾ ਬਚਾਅ ਹੋ ਗਿਆ। ਜੇ ਅਕਾਲੀਆਂ ਦੀ ਸਰਕਾਰ ਹੋਰ 5 ਸਾਲ ਰਹਿ ਗਈ ਤਾਂ ਅਗੋ ਪੀੜੀ ਮੁੱਕ ਜਾਣੀ ਆ। ਵੇਖੋ ਇਹ ਛੋਟਾ ਬੱਚਾ ਇੱਕ ਦੱਸ ਰਿਹਾ ਕਿ ਹਰ ਪਿੰਡ ਦੇ ਜਿਹੜਾ ਵਿਅਕਤੀ ਨੂੰ ਉਹਨਾਂ ਨੂੰ ਚਿੱਟੇ ਦਾ ਲਾਇਆ ਗਿਆ ਔਰ ਮੁੜ ਕੇ ਜਿੰਨੇ ਬਾਰਡਰ ਦੇ ਲੱਗੇ ਪਿੰਡ ਆ ਨਾ ਉਹਨਾਂ ਦੇ ਵੀ 100% ਜੋ ਉਹਨਾਂ ਦੇ ਵੀ 99% ਜਿਹੜੇ ਨੌਜਵਾਨ ਸਾਰੇ ਨਸ਼ਾ ਕਾਂਡੇ ਨੇ ਬਾਰਡਰ ਦੇ ਲੱਗੇ ਲੱਗੇ। ਨਾਮ ਦੱਸ ਤੇ ਆਪਣੇ ਪਿਤਾ ਦਾ। ਜਿੰਦਰ ਸਿੰਘ ਮੇਰਾ ਨਾਮ ਆ, ਸੁਲੱਖਣ ਸਿੰਘ ਮੇਰੇ ਡੈਡੀ ਦਾ ਨਾਮ ਆ। ਤੇਰੀ ਉਮਰ ਕਿੰਨੀ ਆ? 15 ਸਾਲ ਮੇਰੀ ਉਮਰ ਆ। 10 ਸਾਲਾਂ ਦਾ ਹਾਂ ਜਦੋਂ ਮੈਨੂੰ ਅਕਾਲੀ ਜਿਹੜੀ ਆ ਅਕਾਲੀਆਂ ਦੀ ਸਰਕਾਰ ਚ ਰੀਕੇ ਮੈਂ ਲਾਉਣ ਡਿਆ ਪਿਆ ਵਾਂ। ਆ ਤੇ ਮੈਨੂੰ 1.5 ਮਹੀਨਾ ਹੋਇਆ ਮੈਂ ਸੈਂਟਰ ਗੁਰਦਾਸਪੁਰ ਨਵਜੀਵਨ ਬੱਬੇ ਵਾਲੀ ਨਹੀਂ ਜਿਹੜਾ ਉੱਥੇ ਰਹਿ ਕੇ ਆਇਆ। ਮੈਂ 1.5 ਮਹੀਨਾ ਮੇਰੇ ਘਰ ਦੇ ਮੈਨੂੰ ਦਾਖਲ ਕਰਵਾਇਆ। ਕਿੰਨੀਆਂ ਜਮਾਤਾਂ ਪੜ੍ਹੇ? ਮੈਂ ਭਾਜੀ ਹੋਈ ਜਾਣਾ ਨਵੀਂ ਜੀ ਸਕੂਲੇ।